ਦੀਆਂ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਇਹ ਕੁਲਫੀਆਂ ਸ਼ੇਅਰ ਕਰਨ ਲੱਗੀ ਆ। ਇਹ ਕੁਲਫੀਆਂ ਤਿੰਨੇ ਹੀ ਜਿਹੜੀਆਂ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਈਆਂ ਨੇ। ਇੱਕ ਜਿਹੜੀ ਆਪਾਂ ਇਹ ਕੁਲਫੀ ਜਿਹੜੀ ਜਿੱਦਾਂ ਮਟਕਾ ਕੁਲਫੀ ਹੁੰਦੀ ਆ ਉਸ ਤਰੀਕੇ ਦੇ ਨਾਲ ਬਣਾਈ ਆ। ਇੱਕ ਜਿਹੜੀ ਕੁਲਫੀ ਬਣਾਈ ਆਪਾਂ ਅੰਬ ਦੀ ਗਿਟਕ ਕੱਢ ਕੇ ਉਹਦੇ ਵਿੱਚ ਆਪਾਂ ਜਿਹੜੀ ਆ ਕੁਲਫੀ ਦਾ ਮਿਕਸਚਰ ਭਰ ਕੇ ਕੁਲਫੀ ਜਮਾਈ ਆ, ਤੇ ਇੱਕ ਜਿਹੜੀ ਆਪਾਂ ਸਿਰਫ ਇਕੱਲੇ ਮਿਲਕ ਪਾਊਡਰ ਤੇ ਅੰਬ ਤੋਂ ਬਣਾ ਕੇ ਤਿਆਰ ਕੀਤੀ ਆ। ਤਿੰਨਾਂ ਦਾ ਜਿਹੜਾ ਸਵਾਦ ਆ ਅਲੱਗ ਆ, ਤੇ ਤਿੰਨਾਂ ਦਾ ਸਵਾਦ ਜਿਹੜਾ ਬਹੁਤ ਹੀ ਵਧੀਆ ਆ। ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ, ਵੀਡੀਓ ਨੂੰ ਸ਼ੁਰੂ ਕਰ ਦਿਓ। ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਲਫੀ ਬਣਾ ਕੇ ਤਿਆਰ ਕਰਾਂਗੇ। ਇਹ ਕੁਲਫੀ ਜਿਹੜੀ ਆ ਅਸੀਂ ਅੰਬ ਤੋਂ ਬਣਾਉਣੀ ਆ, ਤੇ ਅੰਬ ਦੇ ਉੱਤੋਂ ਆਪਾਂ ਤਿੰਨ ਤਰੀਕੇ ਦੀਆਂ ਕੁਲਫੀਆਂ ਬਣਾਵਾਂਗੇ। ਮੇਨ ਇਹਦੇ ਲਈ ਅਸੀਂ ਤਿੰਨ ਚੀਜ਼ਾਂ ਲਈਆਂ ਆ, ਅੰਬ ਲਏ ਆ, ਤਿੰਨ ਅੰਬ ਲਏ ਨੇ। ਤਿੰਨਾਂ ਦੇ ਵਿੱਚੋਂ ਦੋ ਅੰਬ ਜਿਹੜੇ ਅਸੀਂ ਕੱਟ ਕੇ ਉਹਨਾਂ ਦਾ ਜਿਹੜਾ ਗੁੱਦਾ ਆ ਕੱਢ ਲੈਣਾ ਆ, ਇੱਕ ਅੰਬ ਜਿਹੜਾ ਆ ਅਸੀਂ ਨਹੀਂ ਕੱਟਣਾ। ਇੱਕ ਕੌਲੀ ਜਿਹੜੀ ਆ ਮਿਲਕ ਪਾਊਡਰ ਦੀ ਲਈ ਆ, ਤੇ 1 ਕਿਲੋ ਦੁੱਧ ਲਿਆ। ਦੁੱਧ ਜਿਹੜਾ ਆ ਫੁੱਲ ਕਰੀਮ ਲੈਣਾ ਆ, ਤੇ ਦੁੱਧ ਕੱਚਾ ਹੋਣਾ ਚਾਹੀਦਾ, ਉਬਲਿਆ ਹੋਇਆ ਦੁੱਧ ਜਿਹੜਾ ਆ ਉਹ ਨਹੀਂ ਲੈਣਾ। ਸਭ ਤੋਂ ਪਹਿਲਾਂ ਦੁੱਧ ਨੂੰ ਅਸੀਂ ਕੱਢਣ ਵਾਸਤੇ ਰੱਖ ਦੇਣਾ ਆ। ਇਹਦੇ ਚ ਇੱਕ ਉਬਾਲ ਆਣ ਦਵਾਂਗੇ। ਦੋ ਅੰਬ ਅਸੀਂ ਛਿੱਲਣੇ ਆ। ਅੰਬ ਜਿਹੜੇ ਸਾਡੇ ਕੱਟ ਕੇ ਤਿਆਰ ਆ, ਦੁੱਧ ਆਪਾਂ ਚੈੱਕ ਕਰ ਲੈਣਾ ਆ। ਦੁੱਧ ਜਿਹੜਾ ਲੱਗ ਗਿਆ ਉਬਲਣ, ਦੁੱਧ ਨੂੰ ਇੱਦਾਂ ਹਿਲਾਈ ਜਾਣਾ। ਜਿਹੜੀ ਇਹਦੇ ਸਾਈਡਾਂ 'ਤੇ ਮਲਾਈ ਆਊਗੀ, ਉਹ ਮਲਾਈ ਵੀ ਅਸੀਂ ਦੁੱਧ ਦੇ ਵਿੱਚ ਮਲਾਈ ਜਾਣੀ ਆ। ਦੁੱਧ ਨੂੰ ਆਪਾਂ ਹਿਲਾਉਂਦੇ ਰਹਿਣਾ ਆ, ਵਿੱਚ ਵਿੱਚ ਸੇਕ ਜਿਹੜਾ ਤੇਜ਼ ਰੱਖਿਆ ਆ, ਅਤੇ ਜਦੋਂ ਤੱਕ ਇਹ ਇੱਦਾਂ ਨਹੀਂ ਰਹਿ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਪਕਾਉਣਾ ਆ, ਮਤਲਬ ਗਾੜਾ ਕਰਨਾ ਅਸੀਂ ਦੁੱਧ ਨੂੰ। ਹੁਣ ਅਸੀਂ ਲੈਣਾ ਇੱਕ ਮਿਕਸੀ ਦਾ ਜੱਗ, ਇਹਦੇ ਵਿੱਚ 1 ਕੌਲੀ ਕੱਟਿਆ ਹੋਇਆ ਅੰਬ ਜਿਹੜਾ ਉਹ ਪਾ ਦੇਣਾ ਆ। ਤੀਜਾ ਕਿ ਹਿੱਸਾ ਕੌਲੀ ਦਾ ਅਸੀਂ ਲਈ ਆ ਤਾਜ਼ੀ ਮਲਾਈ, ਇਹ ਵੀ ਪਾ ਦਾਂਗੇ। ਇਹਦੀ ਜਗ੍ਹਾ 'ਤੇ ਤੁਸੀਂ ਕਰੀਮ ਵੀ ਪਾ ਸਕਦੇ ਹੋ, ਮਲਾਈ ਵੀ ਪਾ। 3 ਚਮਚੇ ਭਰ ਕੇ ਪਾਵਾਂਗੇ ਮਿਲਕ ਪਾਊਡਰ। ਇਹਨੂੰ ਹੁਣ ਅਸੀਂ ਪੀਸ ਲੈਣਾ ਆ। ਅੰਬ ਦੇਖੋ ਜਿਹੜਾ ਅਸੀਂ ਪੀਸ ਲਿਆ, ਬਿਲਕੁਲ ਇਸ ਤਰੀਕੇ ਦੇ ਨਾਲ ਇੱਕਦਮ ਪੀਸਣਾ ਬਰੀਕ, ਕੋਈ ਵੀ ਇਹਦੇ 'ਚ ਜਿਹੜਾ ਦਾਣਾ ਨਹੀਂ ਉਹਦਾ ਰਹਿਣਾ ਚਾਹੀਦਾ। ਹੁਣ ਇਹਦੇ 'ਚ ਪਾਵਾਂਗੇ ਥੋੜ੍ਹੇ ਜਿਹੇ ਦਾਣੇ ਜਿਹੜੇ ਆ ਹਰੀ ਇਲਾਇਚੀ ਦੇ, 3-4 ਇਲਾਇਚੀਆਂ ਲਈਆਂ ਸੀ, ਅਤੇ ਥੋੜ੍ਹੇ ਜਿਹੇ ਪਾ ਦੇਣੇ ਆ ਆਪਾਂ ਬਦਾਮ। ਬਾਕੀ ਇਹਦੇ 'ਚ ਜਿੱਦਾਂ ਹੁਣ ਆਪਾਂ ਮਿਲਕ ਪਾਊਡਰ ਦੇਖੋ ਪਾਇਆ, ਮਿਲਕ ਪਾਊਡਰ ਵੀ ਮਿੱਠਾ ਹੁੰਦਾ, ਅੰਬ ਵੀ ਮਿੱਠਾ ਹੁੰਦਾ। ਮੈਂ ਇਹਦੇ 'ਚ ਖੰਡ ਜਿਹੜੀ ਆ ਪਾਈ ਨਹੀਂ, ਤੁਸੀਂ ਪਾਣੀ ਚਾਹੋ ਤਾਂ ਤੁਸੀਂ ਪਾ ਸਕਦੇ ਹੋ। ਇਹਨੂੰ ਹੁਣ ਆਪਾਂ ਬਾਹਰ ਕੱਢ ਕੇ ਕੌਲੀ 'ਚ, ਅਤੇ ਇਹਨੂੰ ਜਿਹੜੇ ਕੁਲਫੀ ਦੇ ਜਿਹੜੇ ਮੋਲਡ ਉਹਨਾਂ ਦੇ ਵਿੱਚ ਪਾਵਾਂਗੇ ਜੰਮਣ ਵਾਸਤੇ। ਦੇਖੋ ਦੁੱਧ ਦੇ ਉੱਤੇ ਇੱਦਾਂ ਮਲਾਈ ਆਈ ਆ, ਇਹ ਮਲਾਈ ਜਿਹੜੀ ਆ ਵਿੱਚੇ ਹੀ ਮਿਲਾਉਣੀ। ਇਹ ਮਲਾਈ ਦਾ ਜਦੋਂ ਆਪਾਂ ਇਹਨੂੰ ਪੂਰੀ ਗਾੜਾ ਹੋ ਜਾਊਗਾ ਆਪਣਾ ਦੁੱਧ, ਇਹ ਮਲਾਈ ਦਾ ਜਿਹੜਾ ਸਵਾਦ ਆ ਬਹੁਤ ਵਧੀਆ ਇਹਦੇ ਕੁਲਫੀ ਦੇ ਵਿੱਚ ਆਊਗਾ। ਸਾਈਡਾਂ ਦੇ ਉੱਤੇ ਮਲਾਈ ਨੂੰ ਜੰਮਣ ਦੇਣਾ ਆ ਥੋੜ੍ਹੀ ਦੇਰ ਤੱਕ। ਜਦੋਂ ਮਲਾਈ ਜੰਮ ਜੂਗੀ ਉਹਨੂੰ ਸਾਈਡਾਂ ਤੋਂ ਲਾ ਕੇ ਦੁੱਧ ਦੇ ਵਿੱਚ ਮਲਾਈ ਜਾਣਾ ਆ। ਮੈਂ 4 ਮੋਲਡ ਲਏ ਆ ਕੁਲਫੀ ਜਮਾਉਣ ਲਈ। ਇਹਦੇ ਵਿੱਚ ਅਸੀਂ ਮੈਂਗੋ ਦਾ ਜਿਹੜਾ ਪਲਪ ਆ ਇਹਨੂੰ ਭਰ ਲੈਣਾ ਆ।
एक कौली दे विच जिहड़े साडे 3 ही मोल्ड जिहड़े भरे आ कुल्फी दे, हुण असीं लैणा आ रोटी पैक करन वाला जिहड़ा पेपर हुंदा उहनूं आपां ला के उपरों दी इहदे जिहड़ी आ आइसक्रीम जिहड़ी आ कुल्फी वाली स्टिक आ उह ला देणी आ। तिने कुल्फियां जिहड़ियां साडियां तैयार ने, इन्हां नूं आपां फ्रिज च रख देना 3-4 घंटे वास्ते, जदों तक एन चंगी तरह जम नहीं जांदी। आइसक्रीम ट्रे दे उत्ते असीं रख देनी आ। दुध देखो जिहड़ा साडा काफी ज्यादा जिहड़ा कड़ गया। हुण असीं इहदे विच जिहड़ा मिल्क पाउडर पाउणा आ उह पा देणा आ। गैस जिहड़ी आ थोड़ी घट कर लैणी आ। तीन चमचे भर के मिल्क पाउडर दे पाए आ। मिल्क पाउडर नूं मिला लैणा चंगी तरह। मिल्क पाउडर नूं चंगी तरह मिला के 3-4 मिनट लिए हले इन्हू होर आपां इसे तरीके नाल पक्कन देना है। जिहड़ा अपना एक अंब रहिंदा आ उहनूं उपरली साइड तों इदां कट लैणा है। इहनूं संभाल के रख लैणा साइड ते, इह वी साडे काम आऊगा। इहदे वास्ते करद जिहड़ी आ तुहाडी अग्गों तिखी नहीं होनी चाहीदी, बिल्कुल हौली हौली इहदे अंदर करद करनी आ। जिहड़ी गुठली आ उहदियां साइडां ते मारनी आ, क्योंकि गुठली नूं आपां हिलाउणा आ ते इहनूं बाहर कढ़णा आ। अंब नूं थोड़ा जिहा दबांगे ਤਾਂ ਕਿ ਗੁਟਲੀ ਜਿਹੜੀ ਆ ਨਰਮ ਪੈ ਜਾਵੇ। ਇੱਦਾਂ ਘੁਮਾਉਣਾ ਆ, ਉਹਦੇ ਨਾਲ ਕੀ ਆ ਕਿ ਗਿਟਕ ਜਿਹੜੀ ਆ ਨਰਮ ਪਊਗੀ। ਗਿਟਕ ਨੂੰ ਆਪਾਂ ਬਾਹਰ ਖਿੱਚਣਾ ਆ। ਗਿਟਕ ਦੇ ਦੁਆਲੇ ਜਿੰਨਾ ਵੀ ਅੰਬ ਦਾ ਜਿਹੜਾ ਗੁੱਦਾ ਲੱਗਿਆ ਹੈ ਉਹਨੂੰ ਉਤਾਰ ਲੈਣਾ ਆਪਾਂ, ਤਾਂ ਕਿ ਗਿਟਕ ਨੂੰ ਹੱਥ ਪੈ ਸਕੇ। ਗਿਟਕ ਦੇਖੋ ਇਹਦੀ ਸਾਰੀ ਆਪਾਂ ਕੱਢ ਲੈਣੀ, ਪਰ ਇਹਦੇ ਅੰਦਰ ਜਿਹੜਾ ਜੂਸ ਆ ਅੰਬ ਦਾ ਉਹ ਨਹੀਂ ਕੱਢਣਾ, ਇਹਨੂੰ ਇੱਦਾਂ ਹੀ ਆਪਾਂ ਰਹਿਣ ਦੇਣਾ ਆ। ਇਹਨੂੰ ਗਲਾਸ 'ਤੇ ਰੱਖ ਦਾਂਗੇ। ਬਾਕੀ ਦਾ ਜਿਹੜਾ ਸਾਡਾ ਅੰਬ ਰਹਿੰਦਾ ਸੀ ਉਹਨੂੰ ਵੀ ਆਪਾਂ ਇੱਦਾਂ ਪੀਸ ਕੇ ਤਿਆਰ ਕਰ ਲਿਆ ਹੈ। ਦੁੱਧ ਵੀ ਦੇਖੋ ਜਿਹੜਾ ਸਾਡਾ ਕੱਢ ਕੇ ਅੱਧੇ ਨਾਲੋਂ ਵੀ ਘੱਟ ਰਹਿ ਗਿਆ, ਇੰਨਾ ਕੀ ਸਾਨੂੰ ਚਾਹੀਦਾ ਆ। ਜਿਹੜੀ ਰਬੜੀ ਤਿਆਰ ਹੋ ਗਈ, ਰਬੜੀ ਇੱਦਾਂ ਦੀ ਹੋ ਹੁੰਦੀ ਆ। ਹੁਣ ਜਿਹੜੀ ਗੈਸ ਆਪਾਂ ਬੰਦ ਕਰ ਦੇਣੀ ਆ। ਹੁਣ ਇਹਦੇ 'ਚ ਪਾਵਾਂਗੇ ਕੁੱਟੀਆਂ ਹੋਈਆਂ ਹਰੀਆਂ ਇਲਾਇਚੀਆਂ ਅਤੇ ਥੋੜ੍ਹੇ ਜਿਹੇ ਪਾਵਾਂਗੇ ਕੁੱਟੇ ਹੋਏ ਬਦਾਮ। ਇਹ ਆਪਸ਼ਨਲ ਨਹੀਂ, ਪਾਣੀ ਚਾਹੋ ਤਾਂ ਪਾ ਸਕਦੇ ਹੋ। ਜਿਹੜਾ ਪੀਸਿਆ ਹੋਇਆ ਸਾਡਾ ਅੰਬ ਇਹ ਵੀ ਵਿੱਚ ਪਾ ਦਿੰਦੇ ਹਾਂ। ਸਾਰੀਆਂ ਚੀਜ਼ਾਂ ਨੂੰ ਮਿਲਾ ਲਾਂਗੇ ਚੰਗੀ ਤਰ੍ਹਾਂ। ਇਹਨੂੰ ਹੁਣ ਥੋੜ੍ਹਾ ਜਿਹਾ ਠੰਡਾ ਕਰਾਂਗੇ, ਉਸ ਤੋਂ ਬਾਅਦ ਇਹਨੂੰ ਆਪਾਂ ਜਮਾਉਣੀ ਹੈ ਇਹਦੀ ਜਿਹੜੀ ਕੁਲਫੀ ਜਮਾਉਣੀ ਆ। ਰਬੜੀ ਦੇਖੋ ਜਿਹੜੀ ਹੋ ਗਈ ਸਾਡੀ ਠੰਡੀ, ਇਹਨੂੰ ਹੁਣ ਅਸੀਂ ਅੰਬ ਦੇ ਵਿੱਚ ਭਰਾਂਗੇ। ਭਰਨ ਤੋਂ ਬਾਅਦ ਜਿਹੜਾ ਅੰਬ ਅਸੀਂ ਉੱਪਰੋਂ ਕੱਟਿਆ ਸੀ ਉਹਨੂੰ ਇਹਦੇ ਨਾਲ ਢੱਕ ਦੇਣਾ ਹੈ। ਇਹਨੂੰ ਸੈੱਟ ਹੋਣ ਲਈ ਵੀ ਗਲਾਸ ਦੇ ਉੱਪਰ ਹੀ ਰੱਖਾਂਗੇ ਤਾਂ ਕਿ ਇਹ ਟੇਢਾ ਨਾ ਹੋਵੇ। ਇਹਨੂੰ ਵੀ ਆਪਾਂ ਫਰਿੱਜ 'ਚ ਰੱਖ ਦੇਣਾ ਹੈ।
ਇਹਦੇ ਨਾਲ ਦੂਸਰਾ ਵੀ ਜਿਹੜਾ ਸੀ ਆਪਣਾ ਗਲਾਸ ਉਹਨੂੰ ਵੀ ਆਪਾਂ ਭਰ ਲਿਆ। ਇਹਨਾਂ ਸਾਰਿਆਂ ਨੂੰ ਹੁਣ ਫਰਿੱਜ 'ਚ ਰੱਖ ਦਾਂਗੇ ਜੰਮਣ ਵਾਸਤੇ। ਦੇਖੋ ਪੂਰੀ ਰਾਤ ਵੀ ਰੱਖ ਸਕਦੇ ਹੋ ਜਾਂ 4-5 ਘੰਟੇ ਬਾਅਦ ਵੀ ਚੈੱਕ ਕਰ ਲੈਣਾ ਹੈ। 4-5 ਘੰਟੇ ਦੇ ਵਿੱਚ ਵੀ ਵਧੀਆ ਜੰਮ ਕੇ ਤਿਆਰ ਹੋ ਜਾਂਦੀ ਹੈ ਕੁਲਫੀ। ਕੁਲਫੀਆਂ ਦੇਖੋ ਸਾਡੀਆਂ ਤਿੰਨੇ ਹੀ ਜੰਮ ਕੇ ਤਿਆਰ ਨੇ ਅੰਬਦੀਆਂ। ਇਹ ਵੀ ਦੇਖੋ ਬਹੁਤ ਵਧੀਆ ਤਰੀਕੇ ਦੇ ਨਾਲ ਜੰਮੀ ਆ ਆਮ ਵਾਲੀ ਵੀ, ਤੇ ਇਹ ਜਿਹੜੀਆਂ ਆਪਾਂ ਬਣਾਈਆਂ ਸੀ ਮੋਲਡ ਦੇ ਵਿੱਚ ਇਹਨਾਂ ਤੇ ਇਹ ਜਿਹਨੂੰ ਹੁਣ ਮੈਂ ਤਿੰਨਾਂ ਨੂੰ ਇੱਕ ਇੱਕ ਕਰਕੇ ਤੁਹਾਨੂੰ ਕੱਢ ਕੇ ਦਿਖਾਉਂਦੀ ਆ। ਮੋਲਡ ਦੇ ਵਿੱਚੋਂ ਆਪਾਂ ਇਹਨੂੰ ਕੱਢ ਲਾਂਗੇ। ਇਹਨੂੰ ਜ਼ਿਆਦਾ ਨਹੀਂ ਕਰਨ ਦੀ ਲੋੜ ਹੁੰਦੀ, ਥੋੜ੍ਹਾ ਜਿਹਾ ਹੀ ਬਸ ਆਪਾਂ ਘੁਮਾਉਣਾ ਆ, ਕਿਉਂਕਿ 2-3-4 ਮਿੰਟ ਪਹਿਲਾਂ ਮੈਂ ਬਾਹਰ ਕੱਢ ਕੇ ਰੱਖ ਲਈ ਸੀ। ਆ ਦੇਖੋ ਬਹੁਤ ਹੀ ਵਧੀਆ ਦੇਖੋ ਕੁਲਫੀ ਜਿਹੜੀ ਜੰਮੀ ਆ। ਹੁਣ ਥੋੜ੍ਹੇ ਜਿਹੇ ਤਾਂ ਇਹਦੇ 'ਤੇ ਆਪਾਂ ਪਿਸਤੇ ਲਾ ਦਾਂਗੇ, ਦੇਖਣ ਦੇ ਵਿੱਚ ਹੋਰ ਵੀ ਵਧੀਆ ਲੱਗੂਗੀ। ਆ ਦੇਖੋ ਅੰਬ ਦੀ ਜਿਹੜੀ ਕੁਲਫੀ ਆ ਇਹ ਜੰਮ ਕੇ ਤਿਆਰ ਆ, ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ। ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਬਣਾਇਓ। ਬਾਕੀ ਦੀ ਜਿਹੜੀ ਦੂਜੀ ਕੁਲਫੀ ਆ ਉਹ ਵੀ ਮੈਂ ਤੁਹਾਨੂੰ ਕੱਟ ਕੇ ਦਿਖਾਉਂਦੀ। ਆਮ ਵਾਲੀ ਕੁਲਫੀ ਦਾ ਉੱਪਰਲਾ ਜਿਹੜਾ ਇਹ ਛਿਲਕਾ ਹੈ ਆਪਾਂ ਇਹਨੂੰ ਉਤਾਰ ਦੇਣਾ ਹੈ। ਦੂਸਰੀ ਜੇ ਦੇਖੋ ਜਿਹੜੀ ਆਪਾਂ ਅੰਬ ਦੇ ਵਿੱਚ ਇਹਦੀ ਗੁਠਲੀ ਕੱਢ ਕੇ ਜਿਹੜੀ ਇਹ ਕੁਲਫੀ ਜਮਾਈ ਹੈ, ਇਹ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਇਹਦੇ ਨਾਲ ਸਾਨੂੰ ਦੋ ਇਹਦੇ ਦੇਖੋ ਸਵਾਦ ਆਊਗਾ, ਇੱਕ ਤਾਂ ਕੁਲਫੀ ਦਾ ਜਿਹੜਾ ਅਲੱਗ ਆਊਗਾ ਅਤੇ ਜਿਹੜਾ ਇਹ ਥੱਲੇ ਅੰਬ ਆ ਇਹਦਾ ਅਲੱਗ ਆ, ਬਹੁਤ ਹੀ ਵਧੀਆ ਇਹਦਾ ਵੀ ਸਵਾਦ ਆ। ਇਹਨੂੰ ਵੀ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੇ। ਅਤੇ ਜਿਹੜੀ ਦੇਖੋ ਤੁਹਾਡੀ ਮਟਕੇ ਵਾਲੀ ਕੁਲਫੀ ਆ, ਇਹ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ। ਇਹਦਾ ਜਿਹੜਾ ਟੈਕਸਚਰ ਦੇਖੋ ਇੱਕਦਮ ਜਿਹੜੀ ਰਬੜੀ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਬਣੀ ਸੀ। ਇਹਦਾ ਸਵਾਦ ਵੀ ਜਿਹੜਾ ਆ ਅਲੱਗ ਆ ਅਤੇ ਬਹੁਤ ਹੀ ਵਧੀਆ ਆ। ਇਸੇ ਤਰੀਕੇ ਦੇ ਨਾਲ ਤੁਸੀਂ ਇਹ ਤਿੰਨੇ ਕੁਲਫੀਆਂ ਜਿਹੜੀਆਂ ਆ ਬਣਾਉਣੀਆਂ ਨੇ।